10 अरब रुपए का हर जाने का नोटिस मैं मिलता मेरी पब्लिक न्यूज नो ते पाजी साढ़े साफियां देखी हो ना पाजी सी कितने कमा ले दस अरब दस अरब तुसी कह रहे हो अच्छा ये तो नू तो डे बाय नेम आया है चैनल दे ना तो आया है कानूनी तौर ते तक ये होना चाहिए था सी के ये सीधा मेरे नाते आ दस लेकिन ये चला गया मैनेजमेंट ते पब्लिक जान के तुसी कह रहे हो भी चैनल ते खबर ही नहीं चली ते खबर चैनल ते चली नहीं पाजी ये मैं ट्वीट कीता सी ना के मैं टेलीविजन दी स्क्रीन ते खबर चलाई सी एक मंत्री दे घर दे विच रेड होंदा ट्वीट आ जिदे विच शायद पता नहीं तकरीबन 90 बिलियन डॉलर दी जिहड़ी राशि दी गल हो रही सी पॉलिटिशियन साडा कोई सच्चा नहीं होंदा ते ओ इस वेले जेल विच आ एक भरा उहनां दा इस वेले इंग्लैंड विच आ ते बाकी ए पैसा फड़िया गया सी कहिंदा तुसीं कार्ड रखो भाजी मैं कहे ए लो अपना कार्ड मैनूं समझ आ गई सी भाजी जिहड़े लोकां ने मैनूं सपोर्ट कीता भाजी मैं उस विच दो लोकां दी डैथ होई आ मैं कहे भाजी फिर कुर्बानी दा बकरा मैं ही मरना साढ़े सिखां ने तां हमेशा कुर्बानियां दित्तियां ने भाजी जो हुण तुहाडे नाल हो रिहा ਕੀ ਡਰ ਜ਼ਿਆਦਾ ਲੱਗ ਰਿਹਾ ਇਸ ਵਕਤ ਭਾਜੀ ਡਰ ਤਾਂ ਹੈ ਹਰਮੀਤ ਧਮਕੀਆਂ ਦੇਸ਼ ਛੱਡਣ ਦੀਆਂ ਜਾਂ ਦੇਸ਼ ਚੋਂ ਕੱਢਣ ਦੀਆਂ ਵੀ ਆਈਆਂ ਮੇਰੇ ਕਾਰ ਦਾ ਸਿਸਟਮ ਬਦਲ ਗਿਆ ਮੇਰੇ ਪਾ ਦੇ ਮਰਡਰ ਤੋਂ ਬਾਅਦ ਮੈਨੂੰ ਆਪਣੀ ਜ਼ਿੰਦਗੀ ਤੇ ਪਰਵਾਹ ਨਹੀਂ ਪਰ ਫੈਮਿਲੀ ਦੀ ਪਰਵਾਹ ਤਾਂ ਮੈਨੂੰ ਹੈਗਾ ਭਾਜੀ ਉਹ ਤੁਹਾਡਾ ਇੱਕ ਐਕਟਰ ਹੈ ਜਿਹੜਾ ਹਰ ਦੂਜੇ ਦਿਨ ਪਾਕਿਸਤਾਨ ਪਹੁੰਚਦਾ ਤਾਂ ਸਨੀ ਦਿਓ ਮੈਂ ਥੋੜੀ ਸਨੀ ਦਿਓ ਪਟਣ ਵਾਲੇ ਹਾਂ ਹਾਂ ਉਹ ਇਹ ਨਲਕਾ ਪਟਣ ਵਾਲੇ ਆਈ ਫੀਲ ਪ੍ਰਾਊਡ ਕਿ ਮੈਂ ਪਾਕਿਸਤਾਨੀ ਹਾਂ ਭਾਜੀ ਮੈਨੂੰ ਫਖਰ ਹੈ ਮੈਂ ਬਾਬਾ ਜੀ ਦੇ ਧਰਤੀ ਤੋਂ ਬਿਲੋਂਗ ਕਰਦਾ ਮੈਨੂੰ ਤੁਹਾਡੇ ਇੰਡੀਆ ਦੇ ਬੀਜੇਪੀ ਦੇ ਲੋਕਾਂ ਨੇ ਕਾਲ ਕੀਤੀ ਸੀ ਭਾਜੀ ਮੈਂ ਔਨ ਦਾ ਰਿਕਾਰਡ ਗੱਲ ਕਰ ਮੈਨੂੰ ਆਫਰ ਉਹ ਤਾਂ ਹੁਣ ਵੀ ਤੁਹਾਡੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਨੇ ਹਰਮੀਤ ਹੁਣ ਵੀ ਭਾਜਪਾ ਦੇ ਸੀਨੀਅਰ ਆਗੂ ਨੇ ਤੁਹਾਡੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਨੇ ਅਗਰ ਮੈਂ ਤੁਹਾਨੂੰ ਸੱਚ ਦੱਸਾਂ 1 ਕਰੋੜ ਹਿੰਦੂ ਸੀ ਉਸ ਵਿੱਚ ਘੱਟ ਗਿਣਤੀ ਦੇ ਹਿੰਦੂ ਰਹਿ ਗਏ ਨੇ ਭਾਜੀ 30 ਲੱਖ ਹਿੰਦੂ ਰਹਿ ਗਏ ਨੇ ਛੋਟੀ ਛੋਟੀ ਮਾਸੂਮ ਬੱਚਿਆਂ ਨੂੰ ਤੁਸੀਂ ਜ਼ਬਰਦਸਤੀ ਮੁਸਲਮਾਨ ਕੀਤਾ ਤੇ ਮੈਂ ਉਸ ਤੇ ਜਦੋਂ ਗੱਲ ਕਰਦਾ ਤਾਂ ਟੈਨਸ਼ਨ ਤਾਂ ਹੁੰਦੀ ਨਾ ਪੀਪਲਸ ਪਾਰਟੀ ਭਾਜਪਾ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਰਸਾ ਵੀ ਇਹ ਕਹਿ ਰਹੇ ਨੇ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਮਾਮਲਾ ਸਿਰਫ ਸਿੱਖ ਤੇ ਕਿਉਂ ਠਹਿਰਿਆ ਮੈਂ ਕਿਸੇ ਤੋਂ ਨਹੀਂ ਡਰ ਰਿਹਾ ਪਾਕਿਸਤਾਨ ਵਿੱਚ ਬੈਠ ਕੇ ਮੈਂ ਮੁਕਾਬਲਾ ਕਰ ਰਿਹਾ ਸੋਸ਼ਲ ਮੀਡੀਆ ਤੇ ਜਾਂ ਤੁਹਾਡਾ ਜਿਹੜਾ ਸਿੰਧ ਦਾ ਇਲਾਕਾ ਜਾਂ ਅਸੀਂ ਪਾਕਿਸਤਾਨ ਦੀ ਪੂਰੀ ਗੱਲ ਕਰ ਲਈਏ ਘੱਟ ਗਿਣਤੀਆਂ ਦੇ ਖਾਸ ਤੌਰ ਤੇ ਸਿੱਖਾਂ ਦੀ ਸਥਿਤੀ ਕੀ ਹੈ ਤੇ ਖੈਬਰ ਪਖਤੂਨਖਵਾ ਦੇ ਇਲਾਕਾ ਛੱਡ ਕੇ ਸਿੱਖ ਜਿਹੜੇ ਹਨ ਉਹ ਮੁਲਤਾਨ ਦੇ ਇਲਾਕਿਆਂ ਵਿੱਚ ਤੇ ਲਾਹੌਰ ਤੇ ਫੈਸਲਾਬਾਦ ਦੇ ਇਲਾਕਿਆਂ ਵਿੱਚ ਆ ਰਹੇ ਨੇ ਪਿਸ਼ਾਵਰ ਨੂੰ ਛੱਡ ਕੇ ਉਸ ਦੀ ਵਜ੍ਹਾ ਇਹ ਹੈ ਕਿ ਤੁਸੀਂ ਵੇਖਿਆ ਕਿ ਕਿੰਨੇ ਸਿੱਖਾਂ ਦਾ ਕਤਲ ਹੋਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਵ ਦੋਸਤੋ ਅਸੀਂ ਜਦੋਂ ਪੱਤਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਪੱਤਰਕਾਰ ਸਮਾਜ ਦਾ ਉਹ ਸ਼ੀਸ਼ਾ ਹੁੰਦੇ ਨੇ ਜੋ ਸੱਚਾਈ ਦਿਖਾਉਂਦੇ ਨੇ ਬੇਸ਼ੱਕ ਕਿਤੇ ਨਾ ਕਿਤੇ ਪੱਤਰਕਾਰ ਵੀ ਅੱਜ ਕੱਲ੍ਹ ਸਿਆਸਤ ਦਾ ਅਸੀਂ ਕਹਿ ਦਈਏ ਮੋਹਰਾ ਬਣ ਜਾਂਦੇ ਨੇ ਜਾਂ ਸਿਆਸਤ ਦੀ ਭੇਟ ਚੜ੍ਹ ਜਾਂਦੇ ਨੇ ਸਿਆਸੀ ਦਬਾਅ ਹੇਠਾਂ ਪੱਤਰਕਾਰਾਂ ਦਾ ਵੀ ਕਿਤੇ ਨਾ ਕਿਤੇ ਜ਼ਰੂਰ ਉਹ ਸ਼ੋਸ਼ਣ ਹੁੰਦਾ ਆ ਅਤੇ ਇਹ ਸ਼ੋਸ਼ਣ ਸਿਰਫ ਭਾਰਤ ਦੇ ਵਿੱਚ ਨਹੀਂ ਹਾਲਾਂਕਿ ਭਾਰਤ ਵਿੱਚ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ ਹੋਰਨਾਂ ਦੇਸ਼ਾਂ ਦੇ ਵਿੱਚ ਹੋਰਨਾਂ ਸੂਬਿਆਂ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਅਤੇ ਪਾਕਿਸਤਾਨ ਦੇ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਕਿ ਪਾਕਿਸਤਾਨ ਦੇ ਵਿੱਚ ਪਹਿਲੇ ਪਗੜੀਧਾਰੀ ਸਿੱਖ ਜਿਹੜੇ ਕਿ ਨਿਊਜ਼ ਐਂਕਰ ਹਰਮੀਤ ਸਿੰਘ ਅੱਜ ਤੋਂ 5 ਸਾਲ ਪਹਿਲਾਂ ਚਰਚਾ ਵਿੱਚ ਆਉਂਦੇ ਨੇ ਹਾਲਾਂਕਿ ਤੁਹਾਡੇ ਨਾਲ ਪਹਿਲਾਂ ਵੀ ਉਹਨਾਂ ਨੂੰ ਰੂਬਰੂ ਕਰਵਾਇਆ ਗਿਆ ਜਦੋਂ ਉਹਨਾਂ ਦੀ ਚਰਚਾ ਛਿੜੀ ਕਿ ਪਹਿਲੇ ਪਗੜੀਧਾਰੀ ਸਿੱਖ ਨਿਊਜ਼ ਐਂਕਰ ਬਣੇ ਹਰਮੀਤ ਸਿੰਘ ਹੁਣ ਫਿਰ ਇੱਕ ਵਾਰ ਚਰਚਾ 'ਚ ਨੇ ਕਿ ਉਹਨਾਂ ਨੂੰ ਨੌਕਰੀ ਤੋਂ ਤਾਂ ਕੱਢਿਆ ਗਿਆ ਇੱਕ ਸਿਆਸੀ ਦਬਾਅ ਹੇਠਾਂ ਪਰ ਉਹਨਾਂ ਨੂੰ ਹੁਣ ਧਮਕੀਆਂ ਵੀ ਪਾਕਿਸਤਾਨ ਛੱਡਣ ਦੀਆਂ ਧਮਕੀਆਂ ਵੀ ਆ ਰਹੀਆਂ ਨੇ ਇਸ ਵਕਤ ਮੇਰੇ ਨਾਲ ਪਾਕਿਸਤਾਨ ਤੋਂ ਹਰਮੀਤ ਸਿੰਘ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਇਹ ਮਾਜਰਾ ਸੀ ਕੀ ਮਸਲਾ ਸੀ ਅਤੇ ਜਿਸ ਤਰੀਕੇ ਦੇ ਨਾਲ ਪੱਤਰਕਾਰ ਨੂੰ ਜੋ ਹੁਣ ਤੱਕ ਆਪਣੇ ਦੇਸ਼ ਦੇ ਲਈ ਕੰਮ ਕਰਦਾ ਰਿਹਾ ਆਪਣੇ ਲੋਕਾਂ ਲਈ ਕੰਮ ਕਰਦਾ ਰਿਹਾ ਅਤੇ ਹੁਣ ਜਦੋਂ ਉਹਨਾਂ ਲੋਕਾਂ ਵੱਲੋਂ ਜਾਂ ਕੁਝ ਸਿਆਸੀ ਨੁਮਾਇੰਦਿਆਂ ਵੱਲੋਂ ਧਮਕੀਆਂ ਆਉਂਦੀਆਂ ਹੁਣ ਤਾਂ ਪੱਤਰਕਾਰ ਹੁਣ ਅੱਗੇ ਕੀ ਕਰੇ ਹਰਮੀਤ ਜੀ ਸਵਾਗਤ ਹੈ ਸਪੋਕਸਮੈਨ ਟੀਵੀ 'ਤੇ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਤੁਹਾਡਾ ਤੁਸੀਂ ਟਾਈਮ ਦਿੱਤਾ ਮੈਨੂੰ ਭਾਜੀ ਇਸ ਵਿੱਚ ਕੋਈ ਗੱਲ ਨਹੀਂ ਅਸੀਂ ਸਾਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਜਿਹੜੇ ਮਸਾਇਲ ਨੇ ਉਹਨਾਂ ਮਸਾਇਲਾਂ ਨੂੰ ਅਸੀਂ ਮੀਡੀਆ ਦੇ ਰਾਹੀਂ ਜਾਂ ਟੈਲੀਵਿਜ਼ਨ ਜਾਂ ਅਖਬਾਰ ਦੇ ਰਾਹੀਂ ਅਸੀਂ ਲੋਕਾਂ ਤੱਕ ਪਹੁੰਚਾਏ ਅੱਗੇ ਜਿਹੜੇ ਬੈਠੇ ਨੇ ਪਾਰਲੀਮੈਂਟ ਲੋਕ ਬੈਠੇ ਨੇ ਉਹਨਾਂ ਤੱਕ ਪਹੁੰਚਾਈਏ ਇਹ ਜਿਹੜਾ ਮਸਲਾ ਹੋਇਆ ਸੀ ਇਹ ਟਵੀਟ ਆਈ ਸੀ ਤਕਰੀਬਨ 1 ਤਾਰੀਖ ਨੂੰ ਆਈ ਸੀ ਤੇ ਉਸ ਦਿਨ ਮੇਰੀ ਛੋਟੀ ਭੈਣ ਮੇਰੀ ਕਜ਼ਨ ਹੈਗਾ ਉਸਦਾ ਵਿਆਹ ਸੀ ਸਵਾਤ ਵਿੱਚ ਮੈਂ ਆਪਣੇ ਪਿੰਡ ਗਿਆ ਸੀ ਤੇ ਟਵੀਟ ਕਾਫੀ ਚੱਲ ਰਹੀ ਸੀ ਤੇ ਮੈਂ ਇੱਕ ਸਾਫੀ ਦਾ ਜਿਹੜਾ ਕੰਮ ਹੈਗਾ ਉਸਨੂੰ ਤਹਿਕੀਕ ਕਰਨ ਲਾਜ਼ਮੀ ਆਉਂਦੀ ਹੈ ਤਹਿਕੀਕਾਤ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਖਬਰ ਜਿਹੜੀ ਹੈ ਉਹ ਅਗਰ ਉਹ ਟਵੀਟ ਕਰਦਾ ਉਸਦੀ ਰਿਸਪੋਂਸੀਬਿਲਿਟੀ ਬਣਦੀ ਹੈ
शायद मेरे को ये बड़ी गलती हुई है, मैं इस गलती नूं चैनल राही भी मैं मान रहा हूं कि मैं बहुत बड़ी गलती की थी है, लेकिन आधा घंटा बाद मैं अपना ट्वीट जड़ा हैगा ये मैं ट्वीट कीता सी, ना कि मैं टेलीविजन दी स्क्रीन ते खबर चलाई सी। ठीक ते है फिर उसका आधा घंटा बाद जब मैं वेख्या ते वो ट्वीट काफी वायरल सी, मेरे कुछ सोर्सेस सन, उन्होंने मैं रबता किया, मैनू उथो जवाब मिलिया कि भाई इस वेले इस खबर की कोई सदाकत जी है वो हैगा नहीं, तो मैं ट्वीट अपने डिलीट कर दी। लेकिन बाद विच दो तीन दिनों तो बाद मैं रियलाइज किया कि नहीं बहुत बड़ी गलती मैं की थी। बट एनी हाउ इस तो पहला सिंधी का एक चैनल सी, वेब चैनल, उससे भी खबर चल रही थी, होर ग्रुप्स भी खबर चल रही थी। अचानक मैं वेख्या, मैं मॉर्निंग शो पहले मैं न्यूज एंकरिंग करता सी, फिर मैं जी रिपोर्टिंग की थी काफी टाइम, तो उस तो बाद मैं 3 साल तो मॉर्निंग शो कर रहा पब्लिक टीवी से। काफी सारी ऑफर सन, लेकिन पब्लिक टीवी ने मैनु पहचान दी थी, मैंने पूरी दुनिया विच, तो फिर वो प्लेटफॉर्म दिता कि पूरे जिहड़े होर चैनल ने वो दस्तार दे नाल तुसां नूं प्लेटफॉर्म प्रोवाइड नहीं करदे, बड़ा मुश्किल होंदा तुहाडे वास्ते होर चैनल विच काम करना, ते उन्होंने वो प्लेटफॉर्म मैनू दिता, तो मैं इस चैनल नूं अपना घर ही समझ रहा सी इस वेले। इस वास्ते फिर ऑफर भी काफी सारी सारी मैनु आई सन, पर मैं होर चैनल बल्कि जो तुम कंफर्ट फील करते हो एक चैनल में, तुम समझते हो कि हाँ यह मेरा अपना ही चैनल आ, तो फिर तुम सोचते हो कि हाँ इतने ही कम ठीक है, मैं कम कर रहे अपने घर वास्ते अपने अपने चैनल वास्ते, क्योंकि चैनल की बुनियाद जो रखने का समाज से तो वह उस वेले मैं भी मौजूद था, तो मैं इस चैनल को अपना ही चैनल समझ रहा है। यह खबर चैनल से नहीं चली बाजी, यह चली मेरे ट्वीट से, उस सोशल तो बाद मीडिया मैं डिलीट किसी आम की दे तौर थी ते नु जड़ा के सोशल। चलाया। एग्जैक्टली उस तो बाद 10 अरब रुपए का हर जाने का नोटिस मैं मिलता मेरी पब्लिक न्यूज नो, ते पाजी साढ़े साफिया देखी होंगे पाजी असं कितने कमा लेने हैं, तो पता 10 अरब तो अभी वेखी दस नहीं। अरब तुसी कह रहे हो। अच्छा ये तुहानू तुहाडे बाय नेम आया है, चैनल दे नां तो आया है। अच्छा ये होना चाहिए सी पाजी कानूनी तौर पर, तो यह होना चाहिए सी कि यह सीधा मेरे नाते आंदा सी, अच्छा लेकिन ये चला गया मैनेजमेंट ते पब्लिक न्यूज दे ना ते चला गया, ते पब्लिक जद के न्यूज तुसी नो कह रहे हो फिर भी चैनल ते खबर ही नहीं चली। ते खबर चैनल ते चली नहीं पाजी। इस तो पहला बहुत सारे वड्डे वड्डे साफी ने पाकिस्तान दे, उन्होंने वड्डी वड्डी खबरें ब्रेक की थी सन। इवन मैं तुहानू बहुत सारी मिसाल दे सकदा पाकिस्तान के जिहड़े वड्डे वड्डे पत्रकार जिहड़े तुसी वेखदे हो इंडिया टीवी ते बैठते ने, मतलब टेलीविजन ते बैठते रहते ने, उन्होंने वड्डी वड्डियां इस तरह खबरां की थी, उसने माफी भी नहीं मंगी, तो मैं माफी मंगी भी ट्विटर से, तुसी वो वेख भी सकते हो, ते और रीट्वीट भी किया उस पॉलिटिशियन ने। जी लेकिन भाजी फिर मैं लेटर भी लिखे, पाकिस्तान पीपल्स पार्टी वो पार्टी आ जे माइनॉरिटी वास्ते उठ के गल करती है, भाजी पाकिस्तान विच सिर्फ माइनॉरिटी वास्ते अगर कोई गल करता सी माजी विच पास्ट विच तो वो सी पीपल्स पार्टी, ये जुल्फिकार अली भुट्टो साहब की पार्टी सी, ते ए मोहतरमा शहीद बेनजीर भुट्टो साहब की पार्टी सी। ते भाजी मैं लेटर लिखिया के बहुत हो गया भाजी, मैं गलती की थी, मैं एक रिस्पोंसिबल जर्नलिस्ट हाँ, ते मैं इस चीज नु मन्ने के मैं मेरे तो बहुत वड्डी कोताही हुई, कोई जर्नलिस्ट नहीं मानता, बहुत सारे लोग स्टैंड ले लेने हाँ मैं ठीक किया है, कोई जो तुम कर दो कर लो, पर मैं माफी मंगी, मैं क्या चलो ये मामला मेरे जिहड़ी जिहड़ा नाम है रब ने जो 5-6 साल मैंने जिहड़ी इज्जत दी है, मैं नहीं चाहता कि उस इज्जत में थोड़ा बहुत घाटा आए। पर फिर मैं मुख्तलिफ मेरे ख्याल में मॉर्निंग शो में कीता, ते लंच करण तो बाद मैं जो तो, मेरे ख्याल 5 बजे एक और इंटरव्यू सी मेरा, इंटरव्यू करण तो बाद जो तो मैं आया, ते मैं वेख्या एचआर ने मैंने कॉल की थी कि पाजी तुसी ही आओ ना अपनी हाजिरी लगाओ, तो मैं गया आई जाना। अच्छा एक दिन की गल हरमीत, एक तरीक का तुसी कह रहे हो ट्वीट है, यह ट्वीट एक मंत्री के घर रेड होने का ट्वीट है, जिदे शायद पता नहीं तकरीबन 90 बिलियन डॉलर की जी राशि की गल हो रही थी। एग्जैक्टली एग्जैक्टली तो इस तो पाजी एक और गल मैं तुहानू दसा, क्योंकि इस विच कोई शक नहीं, जो डाकूमेंट सानू इस वेले मिल रहे हैं, मैनू मिल रहे हैं, मुख्तलिफ जराए तो सानू सोर्सेज मिल रहे हैं, उस विच पाजी पॉलिटिशियन साड़ा कोई सच्चा नहीं होंदा, बड़ी करप्शन की जो कहानियां ने बहुत बहुत वड्डी वड्डी कहानियां अगे सामने भी आवंगी हूँ, क्योंकि जाहिर गल है एक बंदे ने तुसी इस स्टेज ते पहुंचा दे हो कि उसका जो सिस्टम है जो कार उसका चल रहा है उसका निजाम ही बंद हो जाए, तो फिर उसको कोई और ऑप्शन ही नहीं होता, फिर तो स्टोरिया मेरा कम ही है कि मैं स्टोरिया लेके आवा, फिर मैं एक्सपोज करा भाजी।
एचआर अच्छा इस तो पहला रमेश चावला जिहड़ा फ्रंट मैन आ आसिफ जरदारी पाकिस्तान पीपल्स पार्टी दे जिहड़े प्रेजिडेंट ने जी जिहड़े एक्स प्रेजिडेंट ने आसिफ जरदारी मुख्तार शहीद बेनजीर भुट्टो साहिब दे जिहड़े हसबेंड सन उन्हां दे फ्रंट मैन रमेश चावला मेरे ख्याल उन्हां दा नाम है मुकेश या रमेश चावला आई थिंक सो पर जी उन्हां दे घर तो 60 अरब रुपया जिहड़ा हैगा ना वह फड़िया गया सी ते ओ इस वेले जेल विच आ एक भरा उन्होंने इस वे इंग्लैंड में ते बाकी ये पैसा फड़िया गया सी भाजी इस विच कुछ गल नहीं कि इन्ने जिहड़े बन रहे ने मासूम बन रहे ने इन्ने मासूम नहीं ने भाजी ठीक है चलो मन लिया मैं गलती की थी एचआर ने मैंने दसिया कि भाजी तुम आओ मैं गया क्या भाजी बहुत सोहना टाइम थोड़े न गुजरे मैं बिल्कुल भाजी मजा आ गया जी 5-6 साल अच्छे गुजरे थोड़े ना कहता तुम कार्ड रखो भाजी मैं ये लो अपना कार्ड मैंने समझ आ गई सी भाजी ठीक है क्योंकि साढ़े भी सोर्सेज ने भाजी के कुछ हो सकता थोड़े नाल आके और मैं कार्ड उथे रखे ते फिर लेटर साइन किया लेकिन मैंने एक गल क्योंकि मेरे जेडे उस्ताद ने जेडे लोगों ने मैंने सपोर्ट किया पाजी मैं उस विच दो लोगों की डेथ हुई है मेरे जेडे डायरेक्टर न्यूज सन फौत खुर्शीद उन रब उन्हों की आत्मा को शांति दे इस तरह जेडे ऑनर सन पब्लिक न्यूज के पहले जेडे ऑनर सन सेठ जवाहर उन्होंने काफी मैंने सपोर्ट किया दो तीन होर लोग सन लेकिन डॉक्टर असगर जरा इस वे पब्लिक न्यूज में वेखता मैं उस पास मैं सोचे चलो लास्ट मुलाकात पाजी डॉक्टर साहब ने भी कर लेने डॉक्टर साहब के कोल मैं डॉक्टर साहब बहुत जाती हुई डॉक्टर साहब थोड़ा जा होना चाहिए ना सह होना चाहिए पाजी बिल्कुल तो डॉक्टर साहब ने दसा कि पाजी वो प्रेशर इन्ना ज्यादा सी पीपल्स पार्टी तो उन्होंने एक लीडर के पास हो कि असं थोड़े इश्तेहार बंद कर देंगे ते अगर इश्तेहार बंद कर दिते जाएंगे तो फिर जाहिर गल है बहुत सारे लोग जॉब करते हैं साड़ी चैनल साड़े चैनल विच ते पाजी कुर्बानी मैं क्या पाजी फिर कुर्बानी का बकरा मैं ही बन गया ते मैं ही बन गया तो कुर्बानी चलो ठीक है कि होरां दा प्रॉब्लम बन रहा है तो फिर पाजी साढ़े सिखां ने तो हमेशा कुर्बानियां दित्तियां ने पाजी बड़े बड़े लोगों का रिस्क का मसला उठ गया सी कि जिस तरीके नाल धमकी आई पर एक एक सवाल यह भी है हरमीत जी जिहड़ा लैटर शायद साइन करन दिता गया सी उह लैटर एच आर वालों नहीं सी जिवें तुसीं जिक्र कीता पहलां उह लैटर कोई होर लैके आया सी पॉलिटिशियन रखते ने बड़े वड़े वड़े बॉडी बिल्डर से ओ तीन चार बंदे आए सन लिखिया लेके आए सन कि नहीं चैनल ने उन्होंने दसिया कि पाजी थोड़ा सा गुजारा कर लेना पाजी ने साड़ा चैनल दना काफी पूरी दुनिया विच इसते जो ये ऑन एयर होए सी इसते काफी खिदमत ने साड़े वास्ते ते उन्होंने दसिया कि नहीं जो एज इट इज असी लेके आए लिखिया यही लिखिया जो है इस्तीफे विच लिखो कोई नोटिस शोटिस नहीं लिखो कढ़ो सानू पाजी यही ना कढ़ो ना पाजी फर्क करो नहीं फर्क करांगे तो पाजी थोड़ी वाट लग जाएगी कोई हो गया मेरे जुर्माना जुर्माना जड़ा के 10,000 जड़ा जुर्माना तुम कह रहे हो उस लेटर दे विच जिक्र सीगा नहीं पाजी अच्छा उस लेटर में उस जड़ा मेरा वकील आ इमरान शफीक साहब जड़े काफी टेलीविजन स्क्रीन ते बैठते ने मेरे काफी जबरदस्त किस्म के दोस्त है मेरे शो भी आंदे सन मैं उन्होंने जो डिस्कस किया क्योंकि बहुत सारी चीजें चीजा जी है वो सानू पता नहीं कानूनी चीजा कुछ 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 आर्टिकल कुछ चीजा जो समझ नहीं आ रही मैं जब उन्होंने डिस्कस किया तो उस वैसे भी मैं पढ़िया सी तो उसे लिखा सी कि भाई तुसी माफी मंगो ट्वीट डिलीट करो ते उस तो बाद ये हरजाने का नोटिस वापस होएगा तो मैं ठीक है मैं ट्वीट भी कर दी मैं माफी भी मंग ली थी ते हरजाने का नोटिस तो वापस हो गया लेकिन नौकरी तो कढ़ने का जड़ा कुछ होया ना बाजी क्योंकि मैं कोई सरमायादार नहीं बाजी मैं कोई बहुत अमीर फैमिली तो ताल्लुक नहीं रखता मैं एक मिडल क्लासिया बंदा जिसकी एक ही सोच सी कि पाकिस्तान के बारे जेडे तुहाड़े बीजेपी के गोदी मीडिया जेडा हैगा ना या बाहर दुनिया में जेडा प्रोपेगंडा होंदा साढ़े खिलाफ पाकिस्तान के खिलाफ तो मैं आख्या कि मैं पाकिस्तान के टीवी विच बैठ के मैं पाकिस्तानियत नूं प्रमोट करा मैं प्रमोट की यह धरती जिहड़े इस धरती देख लो कि बाबा नानक जी की धरती है बाजी जिथे जिथे भी साढ़े सिख भरा रहिंदे ने वो आके इत्थे मत्था टेके इत्थे दी मिट्टी लेके जांदे ने मैं खुद वेखे सारे मनाजिर मैं खुद कैप्चर भी किए ने वेखे भी ने तो मैं आके कि नहीं बाजी मेरा मेरा मुल्क है मेरी रियासत है मेरी माँ है मैं तो इस वास्ते काम करांगा तो मेरी इस वार के मैं मीडिया हालांकि मीडिया का जो प्लेटफॉर्म है इस वे पाकिस्तानी मीडिया जो है या जर्नल जर्नलिस्ट इंडियन हो या पाकिस्तानी इस वेले सब तो ज्यादा थ्रेट इन्हां दोवां कंट्रीज साफियां नूं मिलदियां ने
ਇੰਨੀ ਵੱਡੀ ਮੈਂ ਸਮਝਦਾ ਬਹੁਤ ਸਾਰੇ ਜਿਹੜੇ ਸਿੱਖ ਮੇਰੇ ਨਾਲ ਮਿਲਦੇ ਨੇ ਨਾ ਉਹ ਦੱਸਦੇ ਨੇ ਕਿ ਤੁਹਾਨੂੰ ਡਰ ਨਹੀਂ ਲੱਗਦਾ ਬਾਜੀ ਮੈਂ ਡਰਦਾ ਡਰ ਲੱਗਦਾ ਕਿਉਂ ਨਹੀਂ ਬਾਜੀ ਮੈਂ ਕੋਲ ਕੌਣ ਕਿਹੜਾ ਸੁਨੀਲ ਕੋ ਤੁਹਾਡਾ ਇੱਕ ਐਕਟਰ ਹੈ ਜਿਹੜਾ ਹਰ ਦੂਜੇ ਦਿਨ ਪਾਕਿਸਤਾਨ ਪਹੁੰਚ ਜਾਂਦਾ ਸਨੀ ਦਿਓਲ ਠੀਕ ਹੈ ਮੈਂ ਠੀਕ ਥੋੜੀ ਹੈ ਸਨੀ ਨਲਕਾ ਦਿਓਲ ਪਟਣ ਵਾਲੀ ਵਾਲੇ ਹਾਂ ਉਹ ਨਲਕਾ ਪਟਣ ਵਾਲੇ ਠੀਕ ਹੈ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਅੱਗੇ ਵੇਲੇ ਮੈਂ ਸੋਚ ਰਿਹਾ ਕਿ ਚਾਈਨਾ ਵੀ ਚੱਕਰ ਲਾਵੇ ਕਿ ਉੱਥੇ ਵੀ ਜਿਸਦਾ ਮਾਮਲਾ ਸੀ ਉੱਥੇ ਇੱਕ ਫਿਲਮ ਵੇਖਣਾ ਚਾਹੁੰਦੇ ਨੇ ਸਨੀ ਦਿਓਲ ਬਾਜੀ ਦੀ ਤਾਂ ਭਾਈ ਠੀਕ ਹੈ ਜ਼ਾਹਿਰ ਪਹਿਲਾਂ ਡਰ ਮੈਨੂੰ ਵੀ ਲੱਗਦਾ ਮੈਂ ਮਾਈਨੋਰਿਟੀ ਤਾਂ ਫਿਰ ਮੇਰੀ ਫੈਮਿਲੀ ਹੈ ਬਾਜੀ ਮੇਰਾ ਪਪਲਾ ਤਾਂ ਬਿਲਕੁਲ ਮਰਡਰ ਹੋਇਆ ਸੀ ਇੱਕ ਦੁੱਖ ਤੋਂ ਮੇਰੀ ਫੈਮਿਲੀ ਹੋਣ ਵੀ ਗੁਜ਼ਰ ਰਹੀ ਹੈ ਬਾਜੀ ਮੇਰੀ 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 ਜਿਹੜੀ ਸਿਸਟਰ ਮੇਰੀ ਭੈਣਾਂ ਜਿਹੜੇ ਉਹਨਾਂ ਨੂੰ ਤੁਸੀਂ ਵੇਖੋ ਮੇਰੇ ਮੇਰੇ ਘਰ ਦਾ ਸਿਸਟਮ ਬਦਲ ਗਿਆ ਮੇਰੇ ਭਰਾ ਦੇ ਮਰਡਰ ਤੋਂ ਬਾਅਦ ਤੇ ਮੈਨੂੰ ਤਾਂ ਵੀ ਤਕਲੀਫ ਮੈਨੂੰ ਆਪਣੀ ਜ਼ਿੰਦਗੀ ਤਾਂ ਪਰਵਾਹ ਨਹੀਂ ਪਰ ਫੈਮਿਲੀ ਦੀ ਪਰਵਾਹ ਤਾਂ ਮੈਨੂੰ ਹੈਗਾ ਭਾਜੀ ਲੇਕਿਨ ਬਹਰਹਾਲ ਮੈਂ ਆਇਆ ਇਸ ਕਰਕੇ ਕਿ ਮੈਂ ਆਪਣੇ ਆਪਣੇ ਪਾਕਿਸਤਾਨ ਨੂੰ ਪ੍ਰਮੋਟ ਕਰਾਂ ਮੈਂ ਸੋਫਟ ਇਮੇਜ ਨੂੰ ਪ੍ਰਮੋਟ ਕਰਾਂ ਪਰ ਮੈਨੂੰ ਪਤਾ ਨਹੀਂ ਸੀ ਭਾਜੀ ਕਿ ਹਰ ਕੰਟਰੀ ਜਿਹੜੀ ਚਾਹੇ ਤੁਹਾਡੀ ਕੰਟਰੀ ਹੈ ਚਾਹੇ ਸਾਡੀ ਕੰਟਰੀ ਹੈ ਇਹ ਐਲੀਟ ਕਲਾਸ ਦਾ ਕਲੱਬ ਆ ਤੇ ਇਸ ਤੇ ਜਦੋਂ ਤੁਸੀਂ ਮੈਂਬਰ ਬਣ ਗਏ ਫਿਰ ਤੁਸੀਂ ਖੁੱਲਿਆਮ ਜੋ ਕਰਨਾ ਤੁਸੀਂ ਚਾਹੁੰਦੇ ਜਿਹੜਾ ਤੁਹਾਡਾ ਦਿਲ ਚਾਹੁੰਦਾ ਤੁਸੀਂ ਕਰ ਸਕਦੇ ਹੋ ਪਰ ਮੇਰੇ ਜੈਸਾ ਮਿਡਲ ਕਲਾਸੀਆ ਬੰਦੇ ਦੀ ਕੋਈ ਔਕਾਤ ਨਹੀਂ ਭਾਜੀ ਹਰਮੀਤ ਧਮਕੀਆਂ ਦੇਸ਼ ਛੱਡਣ ਦੀਆਂ ਜਾਂ ਦੇਸ਼ ਚੋਂ ਕੱਢਣ ਦੀਆਂ ਵੀ ਆਈਆਂ ਭਾਜੀ ਇਸ ਤੋਂ ਪਹਿਲਾਂ ਧਮਕੀਆਂ ਮੈਨੂੰ ਮਿਲਦੀਆਂ ਸਨ ਉਹ ਤੁਹਾਨੂੰ ਯਾਦ ਸੀ ਜਦੋਂ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸੀ ਜੀ ਉਸ ਵੇਲੇ ਉਹਨਾਂ ਨੇ ਨੋਟਿਸ ਲਿੱਤਾ ਸੀ ਪ੍ਰਾਈਮ ਮਿਨਿਸਟਰ ਜਦੋਂ ਇਮਰਾਨ ਖਾਨ ਸਨ ਉਹਨਾਂ ਨੇ ਨੋਟਿਸ ਦਿੱਤਾ ਸੀ ਤੇ ਮੇਰੀ ਫੈਮਿਲੀ ਨੂੰ ਸਿਕਿਉਰਿਟੀ ਵੀ ਦਿੱਤੀ ਸੀ ਲੇਕਿਨ ਅਨਫੋਰਚੂਨੇਟਲੀ ਉਹ ਸਿਕਿਉਰਿਟੀ ਵੀ ਵਾਪਸ ਕੀਤੀ ਗਈ ਮੇਰੇ ਤੋਂ ਨਹੀਂ ਇਹ ਧਮਕੀਆਂ ਕੀ ਇਹ ਸਿਰਫ ਸੋ ਖਬਰ ਕਰਕੇ ਜੇ ਤੁਸੀਂ ਕਹਿੰਦੇ ਪਹਿਲਾਂ ਆਈਆਂ ਪਹਿਲਾਂ ਧਮਕੀਆਂ ਕਿਉਂ ਆਉਂਦੀਆਂ ਬਤੌਰ ਸਿੱਖ ਹੋਣ ਕਰਕੇ ਧਮਕੀਆਂ ਆ ਰਹੀਆਂ ਨੇ ਭਾਜੀ ਉਹ ਤਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕਾਂ ਨੇ ਮਰਡਰ ਕੀਤਾ ਸੀ ਭਾਜੀ ਮੇਰੇ ਭਰਾ ਦਾ ਛੋਟੇ ਵੀਰ ਦਾ ਜੀ ਜੀ ਉਹ ਲੋਕ ਚਾਹੁੰਦੇ ਸਨ ਕਿ ਅਸੀਂ ਕੇਸ ਤੋਂ ਪਿੱਛੇ ਯਾਨੀ ਅਸੀਂ ਬੈਕ ਸਟੈਪ ਲੈ ਕੇ ਇਸ ਕੇਸ ਨੂੰ ਛੱਡਦੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਉਹਨਾਂ ਨੇ ਮੁਖਤਲਿਫ ਟੈਲੀਫੋਨ ਮੁਖਤਲਿਫ ਜ਼ਰੀਏ ਤੇ ਮੈਨੂੰ ਮੇਰੇ ਫੈਮਿਲੀ ਨੂੰ ਬਲਕਿ ਜ਼ਿਆਦਾ ਮੈਂ ਟਾਰਗੇਟ ਸੀ ਕਿਉਂਕਿ ਮੀਡੀਆ ਤੇ ਮੈਂ ਹੀ ਬੈਠਾ ਉਹਨਾਂ ਨੂੰ ਲੱਗਦਾ ਸਭ ਤੋਂ ਤਾਕਤਵਰ ਬੰਦਾ ਹੀ ਆ ਹਾਲਤ ਤੁਹਾਡੋ ਮੇਰੀ ਜਿਹੜੀ ਹਾਲਤ ਹੈ ਤੁਹਾਡੇ ਸਾਹਮਣੇ ਭਾਜੀ ਕਿੰਨਾ ਮੈਂ ਤਾਕਤਵਰ ਹਾਂ ਬਟ ਬਹਿਰਹਾਲ ਉਹ ਉਹਨਾਂ ਲੋਕਾਂ ਤੋਂ ਧਮਕੀਆਂ ਮਿਲੀਆਂ ਸਨ ਫਿਰ ਸਿਕਿਉਰਿਟੀ ਮੈਨੂੰ ਮੇਰੀ ਫੈਮਿਲੀ ਨੂੰ ਮਿਲੀ ਮੈਨੂੰ ਮਿਲੀ ਲੇਕਿਨ ਅਨਫੋਰਚੂਨੇਟਲੀ ਉਹ ਸਿਕਿਉਰਿਟੀ ਵੀ ਮੇਰੇ ਤੋਂ ਜਦੋਂ ਇੱਕ ਦੂਜੀ ਗਵਰਨਮੈਂਟ ਆਈ ਉਹ ਸਿਕਿਉਰਿਟੀ ਵੀ ਵਾਪਸ ਉਹਨਾਂ ਨੇ ਲੈ ਲਈ ਇਸ ਵੇਲੇ ਜਿਹੜੇ ਮੈਨੂੰ ਮੁਖਤਲਿਫ ਸੋਰਸਿਸ ਤੋਂ ਪਤਾ ਚੱਲ ਰਿਹਾ ਬਾਜੀ ਕਿ ਉਹ ਜਿਹੜੀ ਲੀਡਰਸ਼ਿਪ ਆ ਉਹਨਾਂ ਦੀ ਉਹ ਕਹਿ ਰਹੀ ਹੈ ਕਿ ਪਾਕਿਸਤਾਨ ਦੀ ਜਿਹੜੀ ਜ਼ਮੀਨ ਆ ਹਰਮੀਤ ਸਿੰਘ ਤੇ ਅਸੀਂ ਤੰਗ ਕਰਾਂਗੇ ਤਾਂ ਫਿਰ ਉਸ ਕੋਲ ਹੋਰ ਮੈਨੂੰ ਤੁਸੀਂ ਦੱਸੋ ਹੋਰ ਇਸ ਦਾ ਕੋਈ ਆਪਸ਼ਨ ਹੁੰਦਾ ਮੈਂ ਇਕੱਲਾ ਸਿੱਖ ਮੀਡੀਆ ਵਿੱਚ ਬੈਠ ਕੇ ਮੈਂ ਇੱਕ ਪੂਰੀ ਪਾਰਟੀ ਦਾ ਮੁਕਾਬਲਾ ਕਰ ਰਿਹਾ ਭਾਜੀ ਪਾਰਟੀ ਵਡੇਰਿਆਂ ਦੀ ਪਾਰਟੀ ਜਾਗੀਰਦਾਰਾਂ ਦੀ ਪਾਰਟੀ ਆ ਇਹ ਕਦੇ ਆਮ ਆਦਮੀ ਦੀ ਪਾਰਟੀ ਹੁੰਦੀ ਸੀ ਪੀਪਲਸ ਪਾਰਟੀ ਤੁਸੀਂ ਇਸ ਦੀ ਹਿਸਟਰੀ ਵੇਖ ਲਓ ਅੱਜ ਇਹ ਸਿਰਫ ਸਿੰਧ ਦਾ ਜਿਹੜਾ ਏਰੀਆ ਸਿੰਧ ਦਾ ਜਿਹੜਾ ਸੂਬਾ ਹੈ ਨਾ ਇਹ ਉਸ ਤੱਕ ਕਿਉਂ ਮਹਿਦੂਦ ਹੋ ਗਈ ਉਸ ਦੀ ਵਜ੍ਹਾ ਹੈ ਭਾਜੀ ਕਿ ਇਹ ਆਮ ਆਦਮੀ ਤੋਂ ਖਾਸ ਪਾਰਟੀ ਬਣ ਗਈ ਹੈ ਵਡੇਰੇ ਜਾਗੀਰਦਾਰ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਦੀ ਪਾਰਟੀ ਬਣ ਗਈ ਹੈ ਤੇ ਵਡੇਰੇ ਨਹੀਂ ਕਰ ਸਕਦੇ ਬਰਦਾਸ਼ਤ ਹੀ ਨਹੀਂ ਆਉਂਦੀ ਭਾਜੀ ਉਹਨਾਂ ਵਿੱਚ ਕਿ ਸਾਡੇ ਜਿਹੜੇ ਮਾਮੂਲੀ ਜੇ ਸਾਫੀ ਜਿਹੜੇ ਸਵਾਲ ਉਠਾਉਂਦੇ ਨੇ ਨਹੀਂ ਉਠਾਉਣਾ ਚਾਹੀਦਾ ਹਮੇਸ਼ਾ ਤੁਸੀਂ ਵੇਖਦੇ ਹੋ ਨਾ ਕਿਉਂਕਿ ਮਾਮਲਾ ਤਾਂ ਮੁਸਲਿਮ ਵੀਰਾਂ ਨੇ ਵੀ ਕੀਤਾ ਸੀ ਉਠਾਇਆ ਸੀ ਪਰ ਇਸ ਵਿੱਚ ਕੋਈ ਗੱਲ ਸ਼ੱਕ ਨਹੀਂ ਕਿ ਮਾਮਲਾ ਸਿਰਫ ਸਿੱਖ ਤੇ ਕਿਉਂ ਠਹਿਰਿਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਕਿ ਸਿੰਧ ਦੀ ਜਿਹੜੀ ਮੱਟੀ ਹੈ ਨਾ ਭਾਜੀ ਉਸਦੇ ਜਿਹੜੇ ਜਾਗੀਰਦਾਰ ਵਡੇਰੇ ਨੇ ਨਾ ਉਹ ਕੁਐਸਚਨ ਅਗਰ ਤੁਸੀਂ ਰੈਸ ਕਰੋ ਤੇ ਫਿਰ ਕੋਈ ਮਾਈਨੋਰਿਟੀ ਦਾ ਬੰਦਾ ਕਰੇ ਨਾ ਭਾਜੀ ਫਿਰ ਬੜਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਇਹ ਬਰਦਾਸ਼ਤ ਨਹੀਂ ਹੈ ਭਾਜੀ ਤੁਸੀਂ ਵੇਖੋ ਨਾ ਪੋਲੀਟੀਸ਼ੀਅਨ ਜਿਹੜੇ ਵੱਡੇ ਵੱਡੇ ਬੋਲ ਬੋਲ ਰਹੇ ਨੇ ਦਿਲ ਇਹਨਾਂ ਦੇ ਇੰਨੇ ਇੰਨੇ ਛੋਟੇ ਛੋਟੇ ਨਿੱਕੇ ਨਿੱਕੇ ਇਹਨਾਂ ਦੇ ਦਿਲ ਨੇ ਤੇ ਮੈਂ ਮਾਫੀ ਮੰਗੀ ਭਾਜੀ ਹੋਰ ਮੈਂ ਤੁਹਾਡੇ ਪਲੇਟਫਾਰਮ ਤੋਂ ਵੀ ਮਾਫੀ ਮੰਗ ਰਿਹਾ ਔਰ ਮੈਂ ਕੀ ਕਰਾਂ ਮੈਂ ਤੂੰ ਬਸ ਮੈਂ ਇਹ ਮੇਰਾ ਜ਼ਰਫ ਆ ਭਾਜੀ ਮੈਂ ਡਰ ਨਹੀਂ ਰਿਹਾ ਇਹ ਮੈਂ ਮੈਸੇਜ ਪਹੁੰਚਾਇਆ ਵੀ ਹੈ ਮੈਂ ਡਰ ਨਹੀਂ ਰਿਹਾ ਕਿਸੇ ਤੋਂ ਮੈਂ ਕਿਸੇ ਤੋਂ ਨਹੀਂ ਡਰ ਰਿਹਾ ਪਾਕਿਸਤਾਨ ਵਿੱਚ ਬੈਠ ਕੇ ਮੈਂ ਮੁਕਾਬਲਾ ਕਰ ਰਿਹਾ ਸੋਸ਼ਲ ਮੀਡੀਆ ਤੇ ਮੇਰੇ ਨਾਲ ਕਾਫੀ ਸਾਰੇ ਲੋਕ ਮੇਰੇ ਨਾਲ ਸਟੈਂਡ ਲੈ ਰਹੇ ਨੇ ਮੈਂ ਡਰ ਨਹੀਂ ਰਿਹਾ ਪਰ ਗਲਤੀ ਮੈਂ ਕੀਤੀ ਹੈ ਤੇ ਬਾਬਾ ਨਾਨਕ ਜੀ ਦਾ ਫਰਮਾਨ ਹੈ ਕਿ ਕਿਸੇ ਦਾ ਦਿਲ ਤੁਸੀਂ ਦੁਖਾਓ ਤਾਂ ਉਸ ਤੋਂ ਜਾ ਕੇ ਮਾਫੀ ਮੰਗੋ ਬਿਲਕੁਲ ਮੈਂ ਅਗਰ ਉਸਦਾ ਦਿਲ ਦਿਖਾਇਆ ਮੈਂ ਮਾਫੀ ਮੰਗਦਾ ਮੈਨੂੰ ਕੋਈ ਸ਼ਰਮ ਨਹੀਂ ਇਸ ਗੱਲ ਵਿੱਚ ਲੇਕਿਨ ਅਗਰ ਤੁਸੀਂ ਥ੍ਰੈਟ ਕਰੋ ਕਿ ਪੂਰੇ ਚੈਨਲ ਤੁਹਾਡੇ ਤੇ ਬੰਦ ਕਰਾਂਗੇ ਭਾਜੀ ਮੇਰੇ ਕੋਲ ਸੋਸ਼ਲ ਮੀਡੀਆ ਹੈਗਾ ਭਾਜੀ ਮੈਂ ਆਪਣਾ ਯੂਟਿਊਬ ਚੈਨਲ ਖੋਲਿਆ ਤੇ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਜਿਹਨੇ ਹਿੰਦੁਸਤਾਨ ਨੇ ਜਿਹੜੇ ਵੀਰ ਵੇਖ ਰਹੇ ਨੇ ਉਹਨਾਂ ਨੂੰ ਮੇਰਾ ਹਰਮੀਤ ਸਿੰਘ ਦੇ ਨਾਂ ਤੇ ਮੈਂ ਆਪਣਾ ਸੋਸ਼ਲ ਪਲੇਟਫਾਰਮ ਲੈ ਕੇ ਆਇਆ ਹਰਮੀਤ ਸਿੰਘ ਯੂਟਿਊਬ ਜਿਹਨਾਂ ਚੈਨਲ ਮੇਰਾ ਹੈਗਾ ਕਿਉਂਕਿ ਮੇਰਾ ਮੇਰਾ ਕੋਈ ਕਾਰੋਬਾਰ ਨਹੀਂ ਹੈ ਭਾਜੀ
ਮੇਰੀ ਜਿਹੜੀ ਕਮਾਈ ਆ ਉਹ ਸਹਾਫ਼ਤ ਹੀ ਆ, ਉਹ ਜਰਨਲਿਜ਼ਮ ਤੋਂ ਹੀ ਆ। ਨਾ ਮੇਰੇ ਪਾਸ ਹੈ ਕੋਈ ਬੜੇ, ਮੈਂ ਕੋਈ ਬਹੁਤ ਜਾਗੀਰਦਾਰ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ, ਇੱਕ ਆਮ ਜੀ ਮਿਡਲ ਕਲਾਸੀ ਫੈਮਿਲੀ ਹੈ। ਤੇ ਮੈਂ ਮੇਰਾ ਜਿਹੜਾ ਮੈਂ ਤਾਂ ਕਾਰੋਬਾਰ ਮੈਂ ਕਰ ਨਹੀਂ ਸਕਦਾ, ਮੈਨੂੰ ਆਉਂਦਾ ਨਹੀਂ। ਮੈਨੂੰ ਇੱਕ ਹੀ ਕਾਰੋਬਾਰ ਆਉਂਦਾ ਕਿ ਜਿਹੜਾ ਸੱਚ ਤੇ ਹੱਕ ਦੀ ਗੱਲ ਆ ਉਹ ਮੈਂ ਜਿਹੜੇ ਪਾਰਲੀਮੈਂਟ ਵਿੱਚ ਬੈਠੇ ਲੋਕ ਨੇ ਉਹਨਾਂ ਤੋਂ ਪੁਛਾਵਾਂ, ਮੈਂ ਪੂਰੀ ਦੁਨੀਆਂ ਨੂੰ ਦੱਸਾਂ ਕਿ ਇਸ ਵੇਲੇ ਮੇਰੇ ਨਾਲ ਕੀ ਹੋ ਰਿਹਾ, ਲੋਕਾਂ ਨਾਲ ਕੀ ਹੋ ਰਿਹਾ, ਇਸ ਮੁਲਕ ਵਿੱਚ ਕਿੰਨੀ ਕਿੰਨੀ ਕਰਪਸ਼ਨ ਹੋ ਰਹੀ ਹੈ, ਉਹ ਮੇਰਾ ਮੇਰਾ ਫਰਜ਼ ਆ ਭਾਈ ਜੀ। ਬਿਲਕੁਲ ਹਰਮੀਤ, ਤੁਹਾਡੇ ਨਾਲ ਜੋ ਹੋਇਆ ਉਹ ਤੋਂ ਬਾਅਦ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਤੁਹਾਡੇ ਏਰੀਏ 'ਚ ਜਾਂ ਤੁਹਾਡਾ ਜਿਹੜਾ ਸਿੰਧ ਦਾ ਇਲਾਕਾ, ਜਾਂ ਅਸੀਂ ਪਾਕਿਸਤਾਨ ਦੀ ਪੂਰੀ ਗੱਲ ਕਰ ਲਈਏ, ਘੱਟ ਗਿਣਤੀਆਂ ਦੇ ਖਾਸ ਤੌਰ 'ਤੇ ਸਿੱਖਾਂ ਦੀ ਸਥਿਤੀ ਕੀ ਹੈ? ਭਾਜੀ ਹੁਣ ਤਾਂ ਘੱਟ ਹੋ ਰਹੇ ਨੇ ਮਾਜ਼ਰ ਦੇ ਨਾਲ, ਉਸ ਦੀ ਵਜ੍ਹਾ ਕਿਉਂਕਿ ਮੈਂ ਖੈਬਰ ਪਖਤੂਨਖਵਾ, ਕਿਉਂਕਿ ਮੈਂ ਮੇਰੀ ਪੰਜਾਬੀ ਜਿਹੜੀ ਤੁਸੀਂ ਸੁਣ ਰਹੇ ਹੋ ਨਾ ਭਾਜੀ, ਇਹ ਪੂਰੀ ਗੁਲਾਬੀ ਪੰਜਾਬੀ ਆ। ਤੇ ਮੈਂ ਪਠਾਨ ਬਿਲੋਂਗ ਕਰਦਾ, ਕਿਉਂਕਿ ਮੇਰੀ ਫੈਮਿਲੀ ਜਿਹੜੀ 100 ਸਾਲਾਂ ਤੋਂ 250 ਸਾਲਾਂ ਤੋਂ, ਜਦੋਂ ਕਿਉਂਕਿ ਮੈਂ ਹਰੀਪੁਰ ਜਿਹੜਾ ਹਰੀ ਸਿੰਘ ਨਲਵਾ ਜੀ ਨੇ ਜਿਹੜੀ ਇਸਦੀ ਬੁਨਿਆਦ ਰੱਖੀ ਸੀ, ਕਿਉਂਕਿ ਮੈਂ ਵੀ ਓਪਲ ਆ ਤੇ ਹਰੀ ਸਿੰਘ ਨਲਵਾ ਵੀ ਓਪਲ ਸੀ। ਮੇਰੇ ਪਰਦਾਦੇ ਜਿਹੜੀ ਫੈਮਿਲੀ ਹਰੀਪੁਰ ਤੋਂ ਅਸੀਂ ਬਿਲੋਂਗ, ਸਾਡੀ ਫੈਮਿਲੀ ਵੀ ਹਰੀਪੁਰ ਤੋਂ ਬਿਲੋਂਗ ਕਰਦੀ ਸੀ। ਇਸ ਵੇਲੇ ਮੇਰਾ ਜਿਹੜਾ ਘਰ ਆ ਉਹ ਸ਼ਾਂਗਲਾ ਵਿੱਚ ਆ, ਡਿਸਟ੍ਰਿਕਟ ਸ਼ਾਂਗਲਾ। ਖੈਬਰ ਪਖਤੂਨਖਵਾ ਜਿਹੜਾ ਪਠਾਨਾ ਦਾ ਏਰੀਆ ਹੈ, ਉਸ ਵਿੱਚ ਬਹੁਤ ਸਿੱਖਾਂ ਦੀ ਬਹੁਤ ਬੜੀ ਵਧੀ ਤਾਦਾਦ ਸੀ, ਲੇਕਿਨ ਇਸ ਵੇਲੇ ਤੁਸੀਂ ਵੇਖ ਰਹੇ ਹੋ ਕਿ ਪਿਸ਼ਾਵਰ ਵਿੱਚ ਟਾਰਗੇਟ ਕਿਲਿੰਗ ਹੋ ਰਹੀ ਹੈ ਸਿੱਖਾਂ ਦੀ। ਬਿਲਕੁਲ। ਤੇ ਇਸ ਵੇਲੇ ਜਦੋਂ ਮੈਨੂੰ ਮੁਖਤਲਿਫ ਸੋਰਸਿਸ ਤੋਂ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਨਾ, ਤੇ ਖੈਬਰ ਪਖਤੂਨਖਵਾ ਦੇ ਇਲਾਕਾ ਛੱਡ ਕੇ ਸਿੱਖ ਜਿਹੜੇ ਹਨ ਉਹ ਮੁਲਤਾਨ ਦੇ ਇਲਾਕਿਆਂ ਵਿੱਚ ਤੇ ਲਾਹੌਰ ਤੇ ਫੈਸਲਾਬਾਦ ਦੇ ਇਲਾਕਿਆਂ ਵਿੱਚ ਆ ਰਹੇ ਨੇ ਪਿਸ਼ਾਵਰ ਨੂੰ ਛੱਡ ਕੇ। ਉਸ ਦੀ ਵਜ੍ਹਾ ਇਹ ਕਿ ਤੁਸੀਂ ਵੇਖਿਆ ਕਿ ਕਿੰਨੇ ਸਿੱਖਾਂ ਦਾ ਕਤਲ ਹੋਇਆ, ਦੋ ਦੋ ਸਿੱਖਾਂ ਦਾ, ਇੱਕ ਇੱਕ ਦਿਨ ਤੇ ਦੋ ਦੋ ਸਿੱਖਾਂ ਤੇ ਫਾਇਰਿੰਗ ਹੋਈ, ਕਤਲ ਹੋਇਆ, ਮਾਸੂਮ ਸਿੱਖ ਨੇ ਆ, ਨੌਜਵਾਨ ਤੁਹਾਡੇ ਵਰਗੇ ਸੋਹਣੇ ਗੱਭਰੂ ਜਵਾਨਾਂ ਦਾ ਕਤਲ ਹੋ ਜਾਂਦਾ, ਕੋਈ ਪਤਾ ਨਹੀਂ। ਗੌਰਮੈਂਟ ਜਿਹੜੀ ਹੈਗਾ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਫਿਰ ਗੌਰਮੈਂਟ ਵੀ ਗਾਇਬ ਹੋ ਜਾਂਦੀ, ਤੇ ਲੋਕ, ਕਿਉਂਕਿ ਸਾਰੀ ਗੱਲ ਅਸੀਂ ਪ੍ਰੋਮੀਨੈਂਟ ਲੁੱਕ ਹੁੰਦੀ ਸਾਡੀ, ਅਸੀਂ ਜਦੋਂ ਕਾਰੋਬਾਰ ਕਰਦੇ ਹਾਂ ਅਸੀਂ ਜਿੱਥੇ ਵੀ ਜਿਸ ਗਲੀ ਪੁੱਛੇ ਤੋਂ ਗੁਜ਼ਰ, ਕਿਉਂਕਿ ਪੰਜਾਬ ਵਿੱਚ ਤਾਂ ਪਤਾ ਨਹੀਂ ਚੱਲਦਾ ਕਿ ਹਾਂ ਸਰਦਾਰ ਜੀ, ਬਹੁਤ ਸਾਰੇ ਸਰਦਾਰ ਨੇ, ਇਸ ਘੱਟ ਗਿਣਤੀ ਦੇ ਸਰਦਾਰ ਨੇ। ਕਿਸੇ ਗਲੀ ਪੁੱਛ ਵਿੱਚ ਇੱਕ ਸਰਦਾਰ ਜਿਸ ਰਾਸਤੇ ਤੋਂ ਚੱਲਦਾ ਹੈ ਨਾ, ਤਾਂ ਪੂਰੀ ਦੁਨੀਆਂ ਵੇਖਦੀ ਉਹ ਸਰਦਾਰ ਜੀ ਆ ਰਿਹਾ ਬਾਈ ਜੀ। ਤਾਂ ਜ਼ਾਹਿਰ ਗੱਲ ਹੈ ਫਿਰ ਟਾਰਗੇਟ ਵੀ ਬੜੀ ਆਸਾਨੀ ਨਾਲ ਅਸੀਂ ਹੋ ਜਾਣੇ ਆ। ਤੇ ਇਸ ਵੇਲੇ ਪਿਸ਼ਾਵਰ ਦੀ ਸਿੱਖ ਸੰਗਤ ਜਾਂ ਸਵਾਤ ਬੁਨੇਰ ਇਹ ਜਿਹੜੇ ਇਲਾਕੇ ਨੇ ਨਾ, ਇਸ ਵਿੱਚ ਸਿੱਖਾਂ ਦੀ ਇੱਕ ਬਹੁਤ ਬੜੀ ਤਾਦਾਦ ਸੀ, ਅੱਜ ਉਹ ਘੱਟ ਰਹੀ ਹੈ। ਉਸਦੀ ਵਜ੍ਹਾ ਹੈ ਕਿ ਟਾਰਗੇਟ ਕਿਲਿੰਗ ਹੋ ਰਹੀ ਹੈ ਬਾਈ ਜੀ। ਜੋ ਪਹਿਲਾਂ ਹੋਇਆ ਉਸ ਤੋਂ ਬਾਅਦ ਤੁਸੀਂ ਤਾਂ ਇੱਕ ਬਹੁਤ ਵੱਡਾ ਚਿਹਰਾ ਹੋ ਉਸ ਜਗ੍ਹਾ ਦੇ, ਉਸ ਚੈਨਲ ਦੇ ਬਤੌਰ ਪੱਤਰਕਾਰ ਤੁਸੀਂ ਕੰਮ ਕੀਤਾ, ਨਿਊਜ਼ ਐਂਕਰ ਕੰਮ ਕੀਤਾ, ਜੋ ਹੁਣ ਤੁਹਾਡੇ ਨਾਲ ਹੋ ਰਿਹਾ, ਕੀ ਡਰ ਜ਼ਿਆਦਾ ਲੱਗ ਰਿਹਾ ਇਸ ਵਕਤ ਕਿ ਕਿਤੇ ਨਾ ਕਿਤੇ ਜੋ ਕੁਛ ਪਹਿਲਾਂ ਸਿੱਖਾਂ ਨਾਲ ਹੋ ਰਿਹਾ ਸ਼ਾਇਦ ਹਰਮੀਤ ਸਿੰਘ ਵੀ ਅਜਿਹਾ ਨਿਸ਼ਾਨਾ ਬਣ ਸਕਦਾ? ਭਾਜੀ ਡਰ ਤਾਂ ਹੈ, ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਡਰ ਨਹੀਂ ਲੱਗ ਰਿਹਾ, ਡਰ ਤਾਂ ਲੱਗ ਰਿਹਾ, ਠੀਕ ਆ, ਲੇਕਿਨ ਡਰ ਤੋਂ ਮਾਰੇ ਮੈਂ ਆਪਣਾ ਮੁੱਲ ਨਹੀਂ ਛੋੜ ਸਕਦਾ। ਕਿਸੇ ਲੋਕਾਂ ਦੀ ਖਾਹਿਸ਼ ਹੋ ਸਕਦੀ ਕਿ ਮੈਂ ਆਪਣਾ ਮੁੱਲ ਛੱਡ ਕੇ, ਮੈਂ ਬਹੁਤ ਸਾਰੇ ਲੋਕ ਸਵਾਲ ਹੀ ਕਰਦੇ ਨੇ ਕਿ ਇਹ ਜਿਹੜਾ ਹਰਮੀਤ ਸੋਸ਼ਲ ਮੀਡੀਆ ਤੇ ਕਰ ਰਿਹਾ ਤੇ ਲੋਕ ਸਟੈਂਡ ਵਿਦ ਹਰਮੀਤ ਸਿੰਘ ਦਾ ਟ੍ਰੈਂਡ ਚਲਾ ਰਹੇ ਨੇ, ਬਿਲਕੁਲ, ਸ਼ਾਇਦ ਮੈਂ ਕੈਨੇਡਾ ਜਾਂ ਯੂਕੇ ਜਾਣ ਵਾਸਤੇ ਕਰਾਂ। ਭਾਜੀ ਨਹੀਂ, ਮੈਨੂੰ ਚਾਂਸ ਸੀ ਜਦੋਂ ਮੇਰੇ ਭਰਾ ਦਾ ਮਰਡਰ ਹੋਇਆ ਸੀ, ਮੈਨੂੰ ਤੁਹਾਡੇ ਇੰਡੀਆ ਦੇ ਬੀਜੇਪੀ ਦੇ ਲੋਕਾਂ ਨੇ ਕਾਲ ਕੀਤੀ ਸੀ ਭਾਜੀ, ਮੈਂ ਔਨ ਦਾ ਰਿਕਾਰਡ ਗੱਲ ਕਰ ਰਿਹਾ, ਮੈਨੂੰ ਆਫਰ ਵੀ ਸੀ। ਹੁਣ ਵੀ ਤੁਹਾਡੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਨੇ ਹਰਮੀਤ, ਹੁਣ ਵੀ ਭਾਜਪਾ ਦੇ ਸੀਨੀਅਰ ਆਗੂ ਨੇ ਤੁਹਾਡੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਨੇ। ਭਾਜੀ ਮੈਂ ਧੰਨਵਾਦ ਕਰਦਾ ਤੁਹਾਡੇ ਵਰਗੇ ਸਾਫੀ ਜਿਹੜੇ ਉੱਥੇ ਬੈਠ ਕੇ ਮੇਰੇ ਵਾਸਤੇ ਆਵਾਜ਼ ਬੁਲੰਦ ਕਰ ਰਹੇ ਨੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ। ਮੈਨੂੰ ਉਸ ਵੇਲੇ ਕੈਨੇਡਾ ਇੰਗਲੈਂਡ ਕੋਈ ਵੱਡੀ ਗੱਲ ਨਹੀਂ ਹੈ ਜਾਣਾ ਭਾਜੀ, ਇੱਕ ਸਾਫੀ ਵਾਸਤੇ ਜਾਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਇੱਥੇ ਲੋਕ ਟ੍ਰੋਲ ਕਰ ਰਹੇ ਨੇ ਪੀਪਲਸ ਪਾਰਟੀ ਦੇ ਕਿ ਇਹ ਮਾਈਨੋਰਿਟੀ ਕਾਰਡ ਖੇਲ ਰਿਹਾ, ਇਹ ਕੈਨੇਡਾ ਵਾਸਤੇ ਜਾਣ ਵਾਸਤੇ ਕਾਰਡ ਖੇਲੇ। ਭਾਜੀ ਇਹ ਮਾਈਨੋਰਿਟੀ ਕਾਰਡ ਤਾਂ ਮੈਂ ਖੇਡਿਆ ਹੀ ਨਹੀਂ ਭਾਜੀ, ਮੈਂ ਤਾਂ ਮਾਈਨੋਰਿਟੀ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਮੈਜੋਰਿਟੀ ਦੀ ਗੱਲ ਕਰ, ਮੈਂ ਇੱਕ ਸਾਫੀ ਹਾਂ ਭਾਜੀ। ਕਿੱਥੇ ਮਾਈਨੋਰਿਟੀ, ਕਿੱਥੇ ਮਾਈਨੋਰਿਟੀ ਨਾਲ ਜਿਹੜਾ ਕੁਝ ਸਿੰਧ ਵਿੱਚ ਪੀਪਲਸ ਪਾਰਟੀ ਨੇ ਕੀਤਾ ਹੈ, ਅਗਰ ਮੈਂ ਤੁਹਾਨੂੰ ਸੱਚ ਦੱਸਾਂ, 1 ਕਰੋੜ ਹਿੰਦੂ ਸੀ ਉਸ ਵਿੱਚ, ਘੱਟ ਗਿਣਤੀ ਦੇ ਹਿੰਦੂ ਰਹਿ ਗਏ ਨੇ ਭਾਜੀ, 30 ਲੱਖ ਹਿੰਦੂ ਰਹਿ ਗਏ ਨੇ, ਛੋਟੀ ਛੋਟੀ ਮਾਸੂਮ ਬੱਚਿਆਂ ਨੂੰ ਤੁਸੀਂ ਜ਼ਬਰਦਸਤੀ ਮੁਸਲਮਾਨ ਕੀਤਾ ਹੈ। ਤੇ ਮੈਂ ਉਸ ਤੇ ਜਦੋਂ ਗੱਲ ਕਰਨਾ ਤਾਂ ਟੈਨਸ਼ਨ ਤਾਂ ਹੁੰਦੀ ਨਾ ਪੀਪਲਸ ਪਾਰਟੀ ਨੂੰ ਭਾਜੀ, ਮੈਂ ਉਸ ਤੇ ਗੱਲ ਕਰਨਾ, ਖੁੱਲ ਕੇ ਗੱਲ ਕਰਨਾ, ਤੁਸੀਂ ਜਾ ਕੇ ਮੇਰਾ ਯੂਟਿਊਬ ਜਾ ਕੇ ਵੇਖੋ, ਮੈਂ ਤਾਂ ਖੁੱਲ ਕੇ ਗੱਲ ਕਰ ਰਿਹਾ ਭਾਜੀ। ਲੇਕਿਨ ਇਹ ਨਹੀਂ ਕਿ ਮੈਂ ਕੈਨੇਡਾ ਜਾਣ ਵਾਸਤੇ ਜਾਂ ਕੋਈ, ਰੱਬ ਨੇ ਜਿਹੜੀ ਇੱਜ਼ਤ ਮੈਨੂੰ ਪਾਕਿਸਤਾਨ ਦੀ ਸਰਜ਼ਮੀਨ ਨੇ, ਪਾਕਿਸਤਾਨ ਦੇ ਲੋਕਾਂ ਨੇ ਜਿਹੜਾ ਪਿਆਰ ਮਨ ਦਿੱਤਾ ਹੈ ਨਾ, ਕਿਸੇ ਹੋਰ ਮੁਲਕ ਵਿੱਚ ਮਨ ਨਹੀਂ ਮਿਲ ਸਕਦਾ ਭਾਜੀ। ਤੇ ਮੇਰੀ ਆਈ ਆਈ ਫੀਲ ਪ੍ਰਾਊਡ
ਕਿ ਮੈਂ ਪਾਕਿਸਤਾਨੀ ਹਾਂ ਭਾਜੀ, ਮੈਨੂੰ ਫਖਰ ਹੈ ਮੈਂ ਬਾਬਾ ਜੀ ਦੀ ਧਰਤੀ ਤੋਂ ਬਿਲੋਂਗ ਕਰਦਾ ਤੇ ਮੈਂ ਪਾਕਿਸਤਾਨ ਦੀ ਧਰਤੀ ਨੂੰ ਰਿਪ੍ਰੈਜ਼ੈਂਟ ਕਰਨਾ, ਮੈਨੂੰ ਫਖਰ ਹੈ। ਲੇਕਿਨ ਇਹ ਕਿਸੇ ਇਹ ਲੋਕਾਂ ਦੀ ਖਾਹਿਸ਼ ਹੋ ਸਕਦੀ ਹੈ ਮੈਂ ਪਾਕਿਸਤਾਨ ਛੱਡ ਦਿਆਂ? ਹਾਂ ਜ਼ਾਹਿਰ ਹੀ ਕਰਦਾ, ਜ਼ਿੰਦਗੀ ਬੜੀ ਅਹਿਮ ਹੁੰਦੀ ਭਾਜੀ, ਇਹ ਲੜਾਈ ਸਾਨੂੰ ਲੜਨੀ ਆ ਤੇ ਮੇਰੀ ਕੋਸ਼ਿਸ਼ ਹੈ ਕਿ ਹਾਂ ਮੈਂ ਵਡੇਰਾ ਨਹੀਂ, ਜਾਗੀਰਦਾਰ ਨਹੀਂ, ਮੈਂ ਲੋਕਾਂ ਨਾਲ ਲੜ ਨਹੀਂ ਸਕਦਾ, ਮੇਰੇ ਕੋਲ ਹੈ ਕਲਮ ਹੈ ਤੇ ਮੇਰੀ ਆਵਾਜ਼ ਆ ਬਸ। ਅਗਰ ਬਹੁਤ ਜ਼ਿਆਦਾ ਤੰਗ ਕੀਤੀ ਜ਼ਮੀਨ ਤੇ ਫਿਰ ਜ਼ਾਹਿਰ ਗੱਲ ਆਪਣੇ ਆਪ ਨੂੰ ਬਚਾਉਣ ਵਾਸਤੇ ਕੁਛ ਨਾ ਕੁਛ ਤਾਂ ਕਰਨਾ ਪੈਂਦਾ ਭਾਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਹਰਮੀਤ ਜੀ। ਥੈਂਕ ਯੂ ਜੀ। ਸੋ ਸਿੱਖ ਪਹਿਲੇ ਦਸਤਾਰਧਾਰੀ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ, ਜਿਨ੍ਹਾਂ ਨੇ ਤਕਰੀਬਨ 5 ਸਾਲ ਤੋਂ ਵੱਧ ਦਾ ਸਮਾਂ ਪੱਤਰਕਾਰੀ ਨੂੰ ਦਿੱਤਾ, ਵੱਖ ਵੱਖ ਪਲੇਟਫਾਰਮਾਂ 'ਤੇ ਪੱਤਰਕਾਰੀ ਕੀਤੀ, ਪਰ ਬੀਤੇ ਦਿਨੀ ਜੋ ਉਹਨਾਂ ਨਾਲ ਹੋਇਆ, ਜਿਸ ਤਰੀਕੇ ਦਾ ਉਹਨਾਂ ਨੂੰ ਚੈਨਲ 'ਚੋਂ ਕੱਢਿਆ ਗਿਆ, ਉਸ ਤੋਂ ਬਾਅਦ ਹਾਲਾਂਕਿ ਜਿੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਹੋ ਰਹੀ ਹੈ, ਉੱਥੇ ਹੀ ਹੁਣ ਭਾਰਤ ਦੇ ਵਿੱਚ ਵੀ ਭਾਜਪਾ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਵੀ ਇਹ ਕਹਿ ਰਹੇ ਨੇ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਸਿਰਫ ਦਸਤਾਰਧਾਰੀ ਸਿੱਖ ਨੂੰ ਜਿਹੜਾ ਕਿ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਹੋਰਨਾਂ ਚੈਨਲਾਂ 'ਤੇ ਵੀ ਜਿਹੜਾ ਕਿ ਹੈ ਇਹ ਖਬਰ ਚੱਲੀ ਜ਼ਰੂਰ ਹੈ। ਤਾਂ ਉਹਨਾਂ ਵੱਲ ਇਹਨਾਂ ਸਿਆਸਤਦਾਨਾਂ ਦਾ, ਇਹਨਾਂ ਸਰਮਾਏਦਾਰਾਂ ਦਾ ਧਿਆਨ ਕਿਉਂ ਨਹੀਂ ਗਿਆ, ਜਦਕਿ ਘੱਟ ਗਿਣਤੀਆਂ ਦੇ ਹਾਲਾਤ ਜਿਹੜੇ ਕਿ ਨੇ ਉਹ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚੋਂ, ਖਾਸ ਤੌਰ 'ਤੇ ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚੋਂ ਨਸ਼ਰ ਹੁੰਦੇ ਨਜ਼ਰ ਰਹੇ ਨੇ, ਲਗਾਤਾਰ ਤੁਹਾਡੇ ਤੱਕ ਖਬਰਾਂ ਲੈ ਕੇ ਆਉਂਦੇ ਆਇਆ ਕਿ ਕਿਸ ਤਰੀਕੇ ਨਾਲ ਟਾਰਗੇਟ ਕਿਲਿੰਗ ਹੁੰਦੀ ਹੈ। ਹਰਮੀਤ ਸਿੰਘ ਨੇ ਖੁਦ ਦੱਸਿਆ ਕਿ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ ਲਗਾਤਾਰ, ਸਿੱਖ ਵੀ ਜਿਹੜਾ ਕਿ ਪਲਾਇਨ ਕਰ ਰਹੇ ਨੇ ਉਸ ਖੈਬਰ ਦੇ ਇਲਾਕੇ ਤੋਂ, ਸਿੰਧ ਦੇ ਇਲਾਕੇ ਤੋਂ ਮੁਲਤਾਨ ਲਾਹੌਰ ਵੱਲ ਪਲਾਇਨ ਕਰ ਰਹੇ ਨੇ, ਜਾਂ ਕਿਤੇ ਨਾ ਕਿਤੇ ਨਿਸ਼ਾਨਾ ਬਣਾਇਆ ਜਾ ਰਿਹਾ। ਹੁਣ ਦੇਖਣਾ ਇਹ ਆ ਜਿਸ ਤਰ੍ਹਾਂ ਦੇ ਨਿਸ਼ਾਨੇ ਘੱਟ ਗਿਣਤੀਆਂ 'ਤੇ ਲਾਏ ਜਾ ਰਹੇ ਨੇ, ਜਿਸ ਤਰੀਕੇ ਦੇ ਨਾਲ ਹਮਲੇ ਬੋਲੇ ਜਾ ਰਹੇ ਨੇ, ਤਾਂ ਇਸ ਦਾ ਨਤੀਜਾ ਕੀ ਨਿਕਲਦਾ ਹੈ, ਤਾਂ ਖਾਸ ਤੌਰ 'ਤੇ ਇਹਨਾਂ ਨੂੰ ਰੋਕਣ ਦੇ ਲਈ ਸਰਕਾਰਾਂ ਕੀ ਕਰਦੀਆਂ ਨੇ?